ਪੰਜਾਬ ਦੇ ਕੈਬਨਿਟ ਮਿਨਿਸਟਰ ਮੈਡਮ ਅਨਮੋਲ ਗਗਨ ਮਾਨ, ਜੋ ਕਿ ਅੱਜ ਵਿਆਹ ਦੇ ਬੰਧਨ ਵਿੱਚ ਬੰਧਨ ਜਾ ਰਹੇ ਨੇ। ਬਲਟਾਣਾ ਜ਼ੀਰਕਪੁਰ ਦੀ ਬਹੁਤ ਹੀ ਨਾਮਚੀਨ ਫੈਮਿਲੀ ਸੋਹੀ ਫੈਮਿਲੀ ਦੇ ਸਪੁੱਤਰ ਸ਼ਹਿਬਾਜ਼ ਸੋਹੀ ਨਾਲ ਮੈਡਮ ਅਨਮੋਲ ਗਗਨ ਮਾਨ ਲਾਵਾਂ ਫੇਰੇ ਲੈਣ ਜਾ ਰਹੇ ਨੇ ਤੇ ਇਸ ਵਕਤ ਦੋਨੋਂ ਪਰਿਵਾਰ ਇੱਥੇ ਮੌਜੂਦ ਹਨ ਤੇ ਨਾਲ ਨਾਲ ਅਸੀਂ ਇੱਥੇ ਵਿਆਹ 'ਚ ਸ਼ਾਮਿਲ ਹੋਣ ਤੇ ਉਹਨਾਂ ਨਾਲ ਗੱਲਬਾਤ ਵੀ ਕਰਾਂਗੇ। ਗੁਰਦੁਆਰਾ ਨਾਭਾ ਸਾਹਿਬ ਵਿੱਚ ਅਨਮੋਲ ਗਗਨ ਮਾਨ ਤੇ ਸ਼ਹਿਬਾਜ਼ ਸੋਹੀ ਲਾਵਾਂ ਲੈਣ ਤੋਂ ਬਾਅਦ ਆਪਣੇ ਪਰਿਵਾਰ ਤੇ ਰਿਸ਼ਤੇਦਾਰਾਂ ਦੇ ਨਾਲ ਅਗਲੀ ਮੰਜ਼ਿਲ ਲਈ ਰਵਾਨਾ ਹੋਣਗੇ। ਧੰਨਵਾਦ ਜੀ ਚੈਨਲ ਦਾ, ਤੁਹਾਡੇ ਸਾਰੇ ਚੈਨਲਾਂ ਦਾ ਬਹੁਤ ਬਹੁਤ ਧੰਨਵਾਦ, ਜਿਹੜੇ ਕਿ ਇੰਨੀ ਗਰਮੀ ਦੇ ਵਿੱਚ ਤੁਸੀਂ ਇੱਥੇ ਗੁਰਦੁਆਰਾ ਸਾਹਿਬ ਮੈਡਮ ਗਗਨ ਮਾਨ ਮੋਲ ਦੇ ਵਿਆਹ ਦੀ ਕਵਰੇਜ ਕਰਨ ਲਈ ਪਹੁੰਚੇ ਹਨ। ਮੈਂ ਬਹੁਤ ਬਹੁਤ ਧੰਨਵਾਦ ਕਰਦਾ ਤੁਹਾਡਾ, ਇੰਨੀ ਗਰਮੀ ਦੇ ਵਿੱਚ ਇੱਥੇ ਤੁਸੀਂ ਪਹੁੰਚੇ ਹੋ। ਮੈਂ ਇਹ ਕਹਿਣਾ ਚਾਹੁੰਦਾ ਕਿ ਅੱਜ ਬੜਾ ਖੁਸ਼ੀ ਦਾ ਮੌਕਾ, ਦੋਵੇਂ ਪਰਿਵਾਰ ਇੱਕ ਖੁਸ਼ੀ ਦੇ ਮੌਕੇ ਦੇ ਇਕੱਠੇ ਹੋ ਰਹੇ ਹਨ ਅਤੇ ਅੱਜ ਮੈਡਮ ਗਗਨ ਮਾਨ ਮੋਲ ਕੈਬਨਿਟ ਮਨਿਸਟਰ ਪੰਜਾਬ ਆਮ ਆਦਮੀ ਪਾਰਟੀ ਤੋਂ ਅਤੇ ਸੋਹੀ ਸਾਹਿਬ ਜੋ ਕਿ ਸਾਡੇ ਬਹੁਤ ਹੀ ਪੁਰਾਣੇ ਅਜੀਜ਼ ਸਰਦਾਰ ਬਲਵੀਰ ਸਿੰਘ ਅਤੇ ਉਹਨਾਂ ਦੇ ਪਿਤਾ ਜੀ ਆਪਣੇ ਬਹੁਤ ਵਧੀਆ ਮਿੱਤਰ ਸਾਡੇ ਇਲਾਕੇ ਦੀ ਸੇਵਾ ਕਰਦੇ ਰਹੇ ਹਨ, ਮੈਂ ਉਹਨਾਂ ਨੂੰ ਵੀ ਬਹੁਤ ਬਹੁਤ ਮੁਬਾਰਕਾਂ ਦੇਣਾ। ਮੈਡਮ ਜੀ ਅੱਜ ਗਗਨ ਮਾਨ ਅਮੋਲ ਜੀ ਇਸ ਬੰਧਨ ਦੇ ਵਿਆਹ 'ਚ ਪਹੁੰਚੇ ਜਾ ਰਹੇ ਹਨ ਜੋ ਕਿ ਗੁਰਦੁਆਰਾ ਸ਼੍ਰੀ ਨਾਭਾ ਸਾਹਿਬ ਵਿਖੇ ਆਨੰਦ ਘਰ ਚੱਲ ਰਹੇ ਹਨ। ਇਸ ਤੋਂ ਬਾਅਦ ਸਾਰਾ ਪ੍ਰੋਗਰਾਮ ਇੱਕ ਪੈਲਸ 'ਚ ਰੱਖਿਆ ਗਿਆ ਜਿੱਥੇ ਕਿ ਸਾਰੇ ਯਾਰ ਦੋਸਤ ਮਿੱਤਰ ਪੰਜਾਬ ਦੀ ਪੂਰੀ ਟੀਮ ਪੰਜਾਬ ਦੇ ਕੈਬਨਿਟ ਪੂਰੇ ਮਨਿਸਟਰ ਉੱਥੇ ਪਹੁੰਚ ਰਹੇ ਹਨ ਅਤੇ ਵੱਖ ਵੱਖ ਹੋਰ ਵੀ ਸੂਬਿਆਂ ਤੋਂ ਜਿਹੜੇ ਆ ਬਹੁਤ ਵੱਡੇ ਲੀਡਰ ਉੱਥੇ ਪਹੁੰਚ ਰਹੇ ਹਨ। ਮੈਂ ਸਭ ਨੂੰ ਮੁਬਾਰਕਾਂ ਦੇਣਾ ਅਤੇ ਮੈਡਮ ਜੀ ਨੂੰ ਬਹੁਤ ਬਹੁਤ ਮੁਬਾਰਕਾਂ ਦੇਣਾ ਜੋ ਕਿ ਇੱਕ ਬਹੁਤ ਹੀ ਵਧੀਆ ਪਰਿਵਾਰ ਦੇ ਵਿੱਚ ਆਪਣਾ ਪ੍ਰਵੇਸ਼ ਕਰਨ ਜਾ ਰਹੇ ਹਨ। ਥੈਂਕ ਯੂ ਜੀ। 1100 ਪਲੱਸ ਡਿਜੀਟਲ ਕੇਬਲ ਨੈਟਵਰਕ ਪਰ ਐਂਡਰੋਇਡ ਬੇਸਡ ਡੀਟੀਐਚ ਸਮਾਰਟ ਸੈਟਅਪ ਬਾਕਸ ਸਭੀ ਓਟੀਟੀ ਪਲੇਟਫਾਰਮ 24 ਘੰਟੇ ਲਾਈਵ ਦੇਖੇ ਹਮਾਰੇ ਸੋਸ਼ਲ ਮੀਡੀਆ ਪੇਜਸ ਪਰ।